ਲੋ ਜੀ ਲੇਜ਼ ਦਾ ਤਮਾਸ਼ਾ ਵੇਖੋ ਹੈ, ਜਿਹੜੀ ਤੁਸੀਂ ਬੜੇ ਸ਼ੌਕ ਨਾਲ ਖਾਂਦੇ ਹੋ। ਇਹ ਲੇਜ਼ ਜਿਹੜੀ ਹੈ ਨਾ, ਹੈ ਇਹ ਲੇਜ਼, ਇਹ ਵੇਖੋ ਆਲੂ ਪਾਪੜ ਦੇ ਨਾ, ਹੈ ਪਾਪੜ ਸਮਝ ਕੇ ਖਾਂਦੇ ਨੇ। ਇਹਦਾ ਤੁਹਾਨੂੰ ਮੈਂ ਤਮਾਸ਼ਾ ਬਣਾਉਂਦਾ। ਇਹ ਵੇਖੋ ਫਿਰ ਆਉਂਦੇ ਨੇ, ਕੈਂਸਰ ਹੁੰਦੇ ਨੇ, ਹੈ ਬਿਮਾਰੀਆਂ ਲੱਗਦੀਆਂ ਨੇ। ਇਹ ਵੇਖੋ ਇਹ ਟੁੱਟ ਗਈ ਹੈ, ਤੁਹਾਨੂੰ ਹੋਰ ਲੈਂਦੇ ਹਾਂ ਇੱਥੋਂ, ਤੁਹਾਨੂੰ ਮੈਂ ਹੋਰ ਖਾਂਦੇ ਹਾਂ। ਇਹ ਜਿਹੜੇ ਤੁਸੀਂ ਪਾਪੜ ਖਾਂਦੇ ਹੋ ਨਾ, ਇਹ ਵੇਖੋ ਜਿਹੜੇ ਬੜੇ ਸ਼ੌਕ ਨਾਲ ਪਾਪੜ ਖਾਂਦੇ ਹੋ, ਪਾਪੜ ਨੇ ਇਹ, ਪਾਪੜ ਦੀ ਇਹ ਪਲਾਸਟਿਕ ਹੈ, ਹੈਂ ਇਹ ਕੈਂਸਰ ਹੈ। ਇਹ ਵੇਖੋ ਆਲੂ ਹੈ, ਆਲੂ ਨੂੰ ਕਦੀ ਅੱਗ ਲੱਗੀ ਹੈ? ਨਹੀਂ ਨਾ ਕਦੀ ਅੱਗ ਲੱਗੀ। ਇਹ ਵੇਖੋ ਆਹ ਕਿੰਜ ਨੂੰ ਅੱਗ ਲੱਗੀ ਹੈ ਇਸ ਪਲਾਸਟਿਕ ਨੂੰ। ਇਹ ਵੇਖੋ ਕਿੰਜ ਪਿਘਲਦਾ, ਹੈਂ ਇਹ ਵੇਖੋ ਕਿੰਜ ਕਤਰੇ ਪੈ ਡਿੱਗਦੇ ਨੇ ਪਲਾਸਟਿਕ ਦੇ। ਹੋਰ ਖਵਾਓ ਬਾਲਾਂ ਨੂੰ, ਢਿੱਡ ਪੀੜ, ਮੇਦੇ ਪੀੜ, ਹੈ ਫਿਰ ਡਾਕਟਰ ਕੋਲ। ਬੱਚੇ ਕੁਝ ਨੀ ਖਾਂਦੇ, ਭੁੱਖ ਨੀ ਲੱਗਦੀ, ਹੈ ਵੇਖੋ ਕਿੱਡੀ ਸੋਹਣੀ ਲੇਸ ਖਾ ਰਹੇ ਹੋ ਤੁਸੀਂ। ਹੋਰ ਖਾਓ, ਸ਼ੇਰ ਹੋ ਬੱਬਰ, ਸ਼ੇਰ ਹੋ ਪਾਕਿਸਤਾਨ ਦੇ ਨਮੂਨੇ ਹੋ। ਹੋਰ ਖਾਓ, ਸਾਰਿਆਂ ਨੂੰ ਸ਼ੇਅਰ ਕਰੋ ਤੇ ਇਹ ਬੰਦ ਕਰੋ ਇਹ ਤਮਾਸ਼ਾ। ਦੇਖੀ ਆ, ਫਿਰ ਇੱਕ ਵਾਰੀ ਬਣਨਾ, ਤੁਹਾਨੂੰ ਸ਼ੱਕ ਨਾ ਹੋਵੇ, ਹੈ ਹੋਰ ਵੇਖੋ। ਇਹ ਵੇਖੋ ਆਪਾਂ ਰੋਟੀ ਖਾਣੀ ਸੀ, ਫਿਰ ਮੈਂ ਚੱਲ ਪਹਿਲਾਂ ਤੁਹਾਨੂੰ ਦੱਸ ਦਈਏ, ਦੇਖੀ ਦਾ ਕੰਮ ਕਰ ਲਈ, ਹੈ ਵੇਖੋ ਕਿੱਡੀ ਵਧੀਆ ਲੇਸ ਹੈ। ਜਿੰਨੇ ਪਾਪੜ ਨੇ ਸਾਰੀਆਂ ਬਿਮਾਰੀਆਂ ਨੇ, ਕੁੜੀ ਹਾਲੇ ਅੰਗਰੇਜ਼ ਯੋਗੀ ਜਿਹੜੇ ਨੇ ਨਾ ਸਾਨੂੰ ਮਾਰਕ ਲੱਗੇ ਨੇ। ਇਹ ਵੇਖੋ ਹੋਰ ਵੇਖੋ, ਇਹ ਵੇਖੋ ਕਿੰਜ ਚਿਪਕਦੇ ਨੇ ਤਕਤਰੇ ਵਿੱਚ, ਕੈਮੀਕਲ ਪਲਾਸਟਿਕ ਪਿਘਲਦੇ। ਇਹ ਵੇ ਹੈ ਵੇਖੀ, ਇਹ ਵੇ ਵੇਖੀ, ਇਹ ਵੇ ਸਾਰਿਆਂ ਨੂੰ ਸ਼ੇਅਰ ਕਰੋ, ਮਰੋ ਤੇ ਲੋਕੋ ਗਾਣਾ ਛੱਡ ਦਿਓ। ਜੇ ਜੀਣਾ ਕਿਤੇ ਇਹਨੇ ਸਾਲ ਜੀਣਾ, 2 ਸਾਲ ਜੀਰੇਗਾ, ਹੁਣ ਸਮਝ ਲੱਗ ਜਾਓ ਤੇ ਸਮਝ ਲਓ, ਕੀ ਕਰੋ ਨਹੀਂ ਤੇ।